ਯੋਯੋ ਹਨੀ ਸਿੰਘ ਦਾ ਨਵਾਂ ਗੀਤ ਜਲਦੀ ਹੀ ਹੋਵੇਗਾ ਰਿਲੀਜ਼ ਸੋਸ਼ਲ ਮੀਡੀਆ ਦੇ ਉੱਤੇ ਯੋਯੋ ਹਨੀ ਸਿੰਘ ਨੇ ਇਹ ਅਪਡੇਟ ਕੀਤੀ ਸਾਂਝੀ। ਦਰਅਸਲ ਯੋਯੋ ਹਨੀ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਰੀਸੈਂਟਲੀ ਸਾਂਝੀ ਕੀਤੀ ਗਈ ਹੈ। ਇਸ ਪੋਸਟ ਦੇ ਵਿੱਚ ਅਸੀਂ ਯੋਯੋ ਹਨੀ ਸਿੰਘ ਨੂੰ ਦੇਖ ਸਕਦੇ ਹਾਂ ਮਹਿਵਿਸ਼ ਹਯਾਤ ਦੇ ਨਾਲ ਤੇ ਮਹਿਵਿਸ਼ ਹਯਾਤ ਦੇ ਨਾਲ ਉਹਨਾਂ ਕਲਾਬੋਰੇਸ਼ਨ ਦੇ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਅਸੀਂ ਯੋਯੋ ਹਨੀ ਸਿੰਘ ਤੇ ਮਹਿਵਿਸ਼ ਹਯਾਤ ਨੂੰ ਵੇਖ ਸਕਦੇ ਹਾਂ। ਵੈਲ ਦੱਸਦੀ ਹੈ ਕਿ ਮਹਿਵਿਸ਼ ਹਯਾਤ ਵੀ ਕਾਫੀ ਜ਼ਿਆਦਾ ਪੌਪੂਲਰ ਨੇ ਸੋਸ਼ਲ ਮੀਡੀਆ ਤੇ ਵੀ ਇਹਨਾਂ ਨੂੰ 50 ਲੱਖ ਤੋਂ ਵੱਧ ਲੋਕ ਫੋਲੋ ਕਰਦੇ ਨੇ ਮਿਸ ਮਾਰਵਲ ਦੇ ਵਿੱਚ ਕੰਮ ਕਰ ਚੁੱਕੇ ਨੇ ਤੇ ਮਹਿਵਿਸ਼ ਹਯਾਤ ਨੇ ਹੁਣ ਯੋਯੋਹਨੀ ਸਿੰਘ ਦੇ ਨਾਲ ਆਉਣ ਵਾਲੇ ਗੀਤ ਵਾਸਤੇ ਕੋਲਾਬੋਰੇਟ ਕੀਤਾ ਹੈ ਤੇ ਤਸਵੀਰ ਸਾਂਝੀ ਕਰਦਿਆਂ ਹੋਇਆਂ ਜਾਣਕਾਰੀ ਦਿੰਦੀ ਹੈ ਕਿ ਉਹਨਾਂ ਯੋਯੋਹਨੀ ਸਿੰਘ ਦੇ ਨਾਲ ਕੋਲਾਬੋਰੇਟ ਕੀਤਾ ਹੈ ਤੇ ਉਹ ਆਪਣੇ ਗੀਤ ਦੇ ਲਈ ਆਪਣੇ ਆਉਣ ਵਾਲੇ ਪ੍ਰੋਜੈਕਟ ਲਈ ਕਾਫੀ ਜ਼ਿਆਦਾ ਐਕਸਾਈਟਿਡ ਨੇ ਇਸ ਤਸਵੀਰ ਦੇ ਵਿੱਚ ਅਸੀਂ ਮਹਿਵਿਸ਼ ਹਯਾਤ ਤੇ ਯੋਯੋਹਨੀ ਸਿੰਘ ਨੂੰ ਇਕੱਠਿਆਂ ਵੇਖ ਸਕਦੇ ਹਾਂ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਮਹਿਵਿਸ਼ ਹਯਾਤ ਲਿਖਦੇ ਨੇ ਕੋਲਾਬ created with my favorite desi kalaakar Yo Yo Honey Singh on a killer new track stay tuned for the release #YoYoHoneySingh #MahwishHayat and #NewSongAlert so jis to baad kafi sare fans ne is post de utte comment kite ne kafi sare lokan de vallon is post te comment kite ja rahe ne apni excitement zahir kiti ja rahi hai is geet nu vekhn de layi is geet nu sunn de layi so tusi kinne excited ho comment karke das sakde ho Yo Yo Honey Singh te Mahwish Hayat ਤਦ ਇਸ ਕੋਲਾਬੋਰੇਸ਼ਨ ਲਈ ਕਿੰਨੇ ਐਕਸਾਈਟਡ ਹੋ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਣਾ। ਬਲਿ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ਯੋਯੋ ਹਨੀ ਸਿੰਘ ਦੇ ਵੱਲੋਂ ਗਾਏ ਗੀਤ ਕਿਹੋ ਜੇ ਲੱਗਦੇ ਨੇ। ਉਹਨਾਂ ਦੇ ਗਾਏ ਗੀਤਾਂ ਵਿੱਚੋਂ ਫੇਵਰੇਟ ਕਿਹੜਾ ਹੈ ਇਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ। ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਨਾ ਹੀ ਤੇ ਜੇਕਰ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਯੋਯੋ ਹਨੀ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਪ੍ਰੋਜੈਕਟਸ ਆਪਣੇ ਫੈਨਸ ਦੇ ਲਈ ਰਿਲੀਜ਼ ਕਰਨ ਵਾਲੇ ਨੇ। ਇਹਨਾਂ ਦੇ ਵਿੱਚ ਯੋਯੋ ਹਨੀ ਸਿੰਘ ਦੀ ਐਲਬਮ ਇੰਟਰਨੈਸ਼ਨਲ 2 ਵੀ ਸ਼ਾਮਿਲ ਹੈ ਜੋ ਕਿ ਉਹਨਾਂ ਦੇ ਆਈਕੋਨਿਕ ਐਲਬਮ ਇੰਟਰਨੈਸ਼ਨਲ ਵਿਲੇਜਰ ਦਾ ਦੂਸਰਾ ਪਾਰਟ ਹੋਣ ਵਾਲੀ ਹੈ ਤੇ ਇੰਟਰਨੈਸ਼ਨਲ ਵਿਲੇਜਰ 2 ਵਾਸਤੇ ਯੋਯੋ ਹਨੀ ਸਿੰਘ ਬਹੁਤ ਸਾਰੇ ਸੈਲੀਬ੍ਰਿਟੀਜ਼ ਦੇ ਨਾਲ ਕੋਲਾਬੋਰੇਟ ਕਰ ਰਹੇ ਨੇ ਤੇ ਬਹੁਤ ਸਾਰੇ ਅਜਿਹੇ ਸਟਾਰਸ ਵੀ ਨੇ ਅਜਿਹੇ ਆਰਟਿਸਟਸ ਵੀ ਨੇ ਜਿਨ੍ਹਾਂ ਦੇ ਨਾਲ ਯੋਯੋ ਹਨੀ ਸਿੰਘ ਨੇ ਇੰਟਰਨੈਸ਼ਨਲ ਵਿਲੇਜਰ ਐਲਬਮ ਦੇ ਵਿੱਚ ਵੀ ਕੋਲਾਬੋਰੇਟ ਕੀਤਾ ਸੀ ਸੋ ਇੱਕ ਵਾਰ ਫਿਰ ਤੋਂ ਉਸ ਕੋਲਾਬੋਰੇਸ਼ਨ ਨੂੰ ਰਿਪੀਟ ਵੀ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਲਾਬੋਰੇਸ਼ਨਸ ਵੀ ਕਰਨ ਵਾਲੇ ਨੇ ਸੋ ਕਿੰਨੇ ਐਕਸਾਈਟਡ ਹੋ ਇਸ ਦੇ ਲਈ ਕਮੈਂਟ ਕਰ ਕੇ ਜ਼ਰੂਰ ਦੱਸਣਾ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹ ਨਹੀਂ ਇਸ ਤੋਂ ਇਲਾਵਾ ਪਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ